ਮੇਰਾ ਨਾਮ ਕੈਫ ਹਰੀਮ ਔਰ ਮੈਂ ਮੋਗੇ ਤੋਂ ਆਇਆ ਹਾਂ। ਡੀਟੀ ਆਡੀਸ਼ਨ 'ਚੋਂ ਤਾਂ ਮੈਂ ਸਿਲੈਕਟ ਹੋ ਗਿਆ ਸੀ, ਹੁਣ ਮੈਂ ਦਿੱਲੀ ਮੈਗਾ ਆਡੀਸ਼ਨ 'ਤੇ ਆਇਆ। ਜੀ ਅਸੀਂ ਤਿਆਰੀ ਕਰਾ ਕੇ ਲਿਆਂਦਾ ਇਸ ਨੂੰ, ਮੋਗੇ ਤੋਂ ਆਇਆ ਸੀ ਕਿ ਬੱਚਾ ਅੱਛਾ ਗਾਵੇ ਅਤੇ ਅੱਛਾ ਕੁਛ ਬਣ ਸਕੇ। ਦੁੱਖ ਹੁੰਦੇ ਸੈਨ ਵੇ ਹੁਣ ਮੇਰੇ ਕੋਲੋਂ। ਕਮਲ ਖਾਨ ਜੀ ਦਾ ਬਹੁਤ ਹੀ ਅੱਛਾ ਗੀਤ ਮੈਂ ਤਿਆਰ ਕੀਤਾ, ਜਿਹਦੇ ਲਈ ਮੈਂ ਪੂਰੀ ਮਿਹਨਤ ਕਰਕੇ ਆਇਆ ਔਰ ਮੈਨੂੰ ਉਮੀਦ ਹੈ ਕਿ ਮੈਂ ਜ਼ਰੂਰ ਸਿਲੈਕਟ ਹੋਵਾਂਗਾ। ਜਾਦਾ ਵੱਟ ਵੱਟ ਖਾਂਦੀਆਂ ਪੀੜਾਂ ਚੱਲੀਆਂ ਨਹੀਂ ਜਾਂਦੀਆਂ, ਜਾਦਾ ਵੱਟ ਵੱਟ ਖਾਂਦੀਆਂ ਪੀੜਾਂ ਚੱਲੀਆਂ ਨਹੀਂ ਜਾਂਦੀਆਂ, ਜਾਦਾ ਵੱਟ ਵੱਟ ਖਾਂਦੀਆਂ ਪੀੜਾਂ ਚੱਲੀਆਂ ਨਹੀਂ ਜਾਂਦੀਆਂ। ਪੈਣ ਸੀਨੇ ਵਿੱਚ ਚੀਸਾਂ ਅਸੀਂ ਵੱਟੀਏ ਇੱਕ ਸੀਸਾਂ, ਅੱਖ ਸਾਡੀ ਜਾਂਦੀ ਰੋਈ ਮੌਲਾ ਵੇ ਹੈ। ਦਰਦਾਂ ਦਾ ਦਾਰੂ ਦੇ ਦੇ ਦਰਦਾਂ ਦਾ ਦਾਰੂ ਰੱਬਾ ਵੇ ਹੈ, ਦੇ ਦੇ ਦਰਦਾਂ ਦਾ ਦਾਰੂ ਦੇ ਦੇ ਦਰਦਾਂ ਦਾ ਦਾਰੂ। ਪੁੱਤਰ ਤੂੰ ਸਾਨੂੰ ਸਾਰਿਆਂ ਨੂੰ ਜ਼ਿਆਦਾ ਗਾਣਾ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ। ਕੈਫ ਸਾਹਿਬ, ਹਾਂਜੀ, ਤੁਸੀਂ ਕੁਛ ਇਰਾਦੇ ਇੰਨੇ ਸੋਹਣੇ ਲਾਏ ਅਤੇ ਕਿ ਮੇਰੇ ਰੌਂਗਟੇ ਖੜ੍ਹੇ ਹੋ ਗਏ ਗਾਣੇ ਨੂੰ ਸੁਣ ਕੇ, ਪਰ ਜਿਉਂ ਜਿਉਂ ਤੁਸੀਂ ਅੱਗੇ ਵੱਲ ਵੱਧਦੇ ਗਏ ਤੁਹਾਡਾ ਗਾਣਾ ਵੀ ਹੋਰ ਵੱਧਦਾ ਗਿਆ, ਗਾਣੇ ਦੀ ਜਿਹੜੀ ਇੱਕ ਲਾ ਲਓ ਜਿਹੜੀ ਮਿਠਿਆਸ ਹੈ ਜਿਹੜੀ ਗਾਣੇ ਦੀ, ਉਹ ਖਤਮ ਹੁੰਦੀ ਰਹੀ। ਸੱਚੀ ਜੋ ਇਹਨਾਂ ਨੇ ਕਿਹਾ ਨਾ, ਬਹੁਤ ਜ਼ਰੂਰੀ ਗੱਲਾਂ ਨੇ, ਹਾਂਜੀ ਹਾਂਜੀ, ਪੂਰੀਆਂ ਧਿਆਨ 'ਚ ਰੱਖ ਕੇ। ਠੀਕ ਹੈ, ਥੈਂਕ ਯੂ ਬੇਟਾ, ਗੋਡ ਬਲੈਸ ਯੂ।